अस्सलाम वालेकुम नाज़रीन, जैसा कि ईद करीब आ रही है और लोगों का रुझान भी बच्चे लेने की तरफ है, और हमारे ये भाई लोग हैं, इन्होंने इनकी बहुत खिदमत की है, इनको पाला, बहुत खिलाया पिलाया और बड़े किए, और ये बच्चे देखकर आप भी हैरान होंगे कि इतने इतने बड़े बच्चे जो आपको मुनासिब कीमत में मिल रहे हैं। आइए मिलते हैं इनके मालिक से, जिन्होंने इनकी सेवा खिदमत की और यहाँ तक लेके आए। जी अंकल जी, तुसी इन्हां दी बहुत ज़्यादा सेवा खिदमत कीती है। इंशाल्लाह सोने माल बने हैं, सोने देंगे इंशाल्लाह। तुसी ये दस सकते हो इन्हां दी कीमत की है? कीमत 3-3 लाख रुपये और ए भी 3 लाख रुपये, और ए वाला 2 लाख रुपये का, माशाल्लाह। और दूसरे ऊपर लाख सवा दो वाला, ए सवा 2 लाख रुपये का, ए सवा 2 लाख का जी, ए सवा 2 लाख रुपये का, और ए छोटे वाला सही हो गया। ऊपर अरे अरे माशाल्लाह, अपने को कितने बच्चे ने टोटल? 9 बच्चे। और जरा वड्डा बच्चा 3 लाख रुपये का। नाज़रीन तुसी अपनी अखां नाल वेख रहे हो कि माशाल्लाह उन्हां कोल बच्चे भी बहुत अच्छे ने और वड्डे भी ने, और जिहड़े वड्डे बच्चे तुहानूं मार्केट च बहुत महंगे 6-6, 7-8-8 लाख रुपये का मिलता है। और सोना पालिया है नहीं, फीड फूड पाई है जां ओदरा पाई है, सोने पाले ने इंशाल्लाह, होर वड्डे ने जिन्ना तक भी पाए, सोने माल है सारा ही। ठीक हो गया। और माशाल्लाह तुसी मार्केट तो हट के तुहानूं बहुत मुनासिब रेट से मिल रहे हैं, और ये इलाका नारवल तो लैके नारवल के करीब गाँव में डेरिया वाला, उतों तुहानूं ये बच्चे ईजीली बारायत मिल जाएंगे, जिन्हों का कि कॉन्टैक्ट नंबर असी तुहानूं स्क्रीन पर शो हो रहा है, तुसी इन्हां नाल कॉन्टैक्ट नंबर भी राबता कर सकते हो। अच्छा अंकल जी, तुसी दसो कि ए वाला बच्चा किन्ने दा जे की रेट है? 3 लाख रुपया जी। ठीक है जी, इहनूं अहीं पाउंदे आ दलिया, मकई, खल, चोकर, भलिया। माशाल्लाह, फीड वगैरह तो नहीं यूज़ कीती तुसी? ठीक हो गया, माशाल्लाह बच्चा भी बहुत ज़्यादा पलिया है। लो जी नाज़रीन, तुहानूं हुण विखाया जा रहा है दूसरा बच्चा, जिहड़ा कि उस तों भी माशाल्लाह तगड़ा है और पलिया होया है, और मैनूं लगदा चाचू जी होरां ने इन्हां नूं तां चंगी फीड वगैरह खवाई हुई है, क्यों चाचू जी? इहनूं फीड नहीं खवाई, दलिया, चोकर, खल पाउंदे आ, गंढा पाउंदे आ, और मकई ਉਹ ਲੱਭੇ ਪਾਈ ਜਾਂ ਅੰਡੇ ਜਾਂ ਬੱਚੇ ਜਿਹੜੇ ਮਾਰੇ ਬੜੇ ਨੇ, ਯਾਨੀ ਕਿ ਤੁਸੀਂ ਖੁਰਾਕ ਇਹਦੀ ਸਾਰੀ ਦੇਸੀ ਰੱਖੀ ਹੋਈ? ਦੇਸੀ ਖੁਰਾਕ ਰੱਖੀ, ਦੇਸੀ ਖੁਰਾਕ ਰੱਖੀ ਹੈ ਇਹਦੀ। ਸਹੀ ਹੋ ਗਿਆ, ਇਹ ਤੇ ਉਹਦੇ ਤੋਂ ਵੀ ਮਾਸ਼ਾਅੱਲਾ ਬੱਚਾ ਜਿਹੜਾ ਨਾ ਵੱਡਾ ਲੱਗਦਾ ਪਿਆ, ਤੇ ਇਹਦਾ ਰੇਟ ਕੀ ਜੇ? ਇਹਦਾ 3.5 ਲੱਖ ਰੁਪਈਆ। ਤੇ ਅੰਕਲ ਜੀ, ਤੁਸੀਂ ਐਡੇ ਸਸਤੇ ਕਿਉਂ ਵੇਚਣ ਰਹੇ ਹੋ? ਨਹੀਂ ਉਹ ਤੇ ਇਨਸ਼ਾਅੱਲਾ, ਕਿਉਂਕਿ ਮਾਰਕੀਟ 'ਚ ਐਡਾ ਬੱਚਾ 6-7-8 ਲੱਖ ਤੋਂ ਥੱਲੇ ਨਹੀਂ ਮਿਲਦਾ ਹੈ। ਇਹਦਾ ਵਜ਼ਨ ਕਿੰਨਾ ਜੀ? ਤਕਰੀਬਨ ਗੋਸ਼ਤ ਜਾਂ 6 ਮਨ? ਠੀਕ ਹੋ, 12-13 ਮਨ। ਸਹੀ ਹੋ ਗਿਆ, ਨਹੀਂ ਮਾਸ਼ਾਅੱਲਾ ਤੁਹਾਡਾ ਬੱਚਾ ਤਾਂ ਬਹੁਤ ਜ਼ਿਆਦਾ ਪਲਿਆ ਹੋਇਆ ਹੈ। ਔਰ ਨਾਜ਼ਰੀਨ, ਇਹ ਤੁਹਾਨੂੰ ਬੱਚਾ ਕਿਸੇ ਨੂੰ ਚਾਹੀਦਾ ਹੋਏ ਤਾਂ ਤੁਸੀਂ ਅੰਕਲ ਹੁਰਾਂ ਨਾਲ ਰਾਬਤਾ ਕਰ ਸਕਦੇ ਹੋ, ਅੰਕਲ ਹੁਰਾਂ ਦਾ ਕੰਟੈਕਟ ਨੰਬਰ ਤੁਹਾਡੀ ਸਕਰੀਨ 'ਤੇ ਨਜ਼ਰ ਆ ਰਿਹਾ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਕਿਸੇ ਬਣਾ 'ਤੇ ਵੀ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਕੋਲ ਬੱਚਾ ਲੈ ਸਕਦੇ ਹੋ। ਤੁਹਾਨੂੰ ਮਜ਼ੀਦ ਇਹਨਾਂ ਦੇ ਮੁਤਾਲਕ ਫੋਟੋਜ਼ ਵਗੈਰਾ ਔਰ ਦੀਗਰ ਵੀਡੀਓਜ਼ ਵਗੈਰਾ ਵੀ ਸ਼ੋਅ ਕਰਨੇ ਹਨ। ਉਹ ਨਾਜ਼ਰੀਨ, ਤੁਹਾਨੂੰ ਹੁਣ ਤੀਸਰਾ ਬੱਚਾ ਵਿਖਾਇਆ ਜਾ ਰਿਹਾ ਕਿ ਜਿਹੜਾ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਔਰ ਮਾਸ਼ਾਅੱਲਾ ਉੱਚਾ ਔਰ ਜਵਾਨ ਹੈ, ਔਰ ਇਹਦੀ ਹਾਈਟ ਵੀ ਕਾਫੀ ਹਾਈ ਲੈਵਲ 'ਤੇ ਆ ਰਹੀ ਹੈ। ਔਰ ਨਾਜ਼ਰੀਨ, ਇਹਦੇ ਮੁਤਾਲਕ ਅਸੀਂ ਅੰਕਲ ਜੀ ਹੋਰਾਂ ਨੂੰ ਪੁੱਛਣਾ ਕਿ ਇਹਨਾਂ ਦਾ ਰੇਟ ਕੀ ਹੈ, ਔਰ ਇਹਨਾਂ ਨੂੰ ਤਾਂ ਤੁਸੀਂ ਫੀਡ ਵਗੈਰਾ ਤਾਂ ਕਿਸੇ ਨੂੰ ਨਹੀਂ, ਖੈਰ ਨਹੀਂ ਖਿਲਾਉਂਦੇ ਹੈ,
ਔਰ ਉਹ ਅੰਕਲ ਜੀ ਦੱਸੋ ਤੁਸੀਂ ਇਹਨਾਂ ਦੀ ਖੁਰਾਕ ਕੀ ਰੱਖੀ ਹੋਈ ਹੈ ਇਸ ਵਿੱਚ? ਖੁਰਾਕ ਰੱਖੀ ਹੈ ਜਿਹੜੀ ਦੂਰੀ ਤੇ ਨਾਗਰਾ ਦਾ ਖਾਲ ਚੌਕਾ ਹੀ ਪਾਉਨੇ ਆਹੀਂ। ਅੱਛਾ 3.5 ਲੱਖ ਰੁਪਏ ਇਹਦਾ 3.5 ਲੱਖ ਰੁਪਈਆ ਸਹੀ ਹੋ ਗਿਆ ਅੰਕਲ ਜੀ। ਤੇ ਇਹਦਾ ਤਕਰੀਬਨ ਵਜ਼ਨ ਕਿੰਨਾ ਹੁੰਦਾ? ਇਹਦਾ 14 ਮਨ ਵਜ਼ਨ ਹੈ। 14 ਮਨ ਵਜ਼ਨ ਹੈ। ਉਹ ਨਾਜ਼ਰੀਨ 14 ਮਨ ਵਜ਼ਨ 3.5 ਲੱਖ ਰੁਪਏ 'ਚ ਤੁਹਾਨੂੰ ਵੱਛਾ ਮਿਲ ਰਿਹਾ ਜਿਹੜਾ ਕਿ ਬਹੁਤ ਹੀ ਬਾਹਰ ਆਇਆ ਹੈ। ਔਰ ਇਹੋ ਜਿਹਾ ਵੱਛਾ ਤੁਹਾਨੂੰ ਮੇਰੇ ਖਿਆਲ 'ਚ ਕਿ ਹੋਰ ਕਿਤੇ ਨਹੀਂ ਮਿਲੇਗਾ, ਇਸ ਰੇਟ 'ਚ ਨਹੀਂ ਮਿਲੇਗਾ। ਇਸ ਰੇਟ 'ਚ ਤੁਹਾਨੂੰ ਵੱਛਾ ਨਹੀਂ ਮਿਲੇਗਾ ਜਿਹੜਾ ਕਿ ਤੁਹਾਨੂੰ ਇਹ 3.5 ਲੱਖ ਰੁਪਏ 'ਚ ਦੇ ਰਹੇ ਨੇ, ਜਿਸ ਦਾ ਯਾਨੀ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ 14 ਮਨ ਵਜ਼ਨ। ਲਓ ਜੀ ਨਾਜ਼ਰੀਨ, ਤੁਹਾਨੂੰ ਚੌਥਾ ਵੱਛਾ ਹੀ ਉਖਾਇਆ ਜਾ ਰਿਹਾ ਕਿ ਜਿਹੜਾ ਸਭ ਤੋਂ ਮੁਨਾਸਿਬ ਕੀਮਤ ਹੈ ਔਰ ਛੋਟਾ ਹੈ ਕਿ ਜਿਹਨੂੰ ਬਹੁਤ ਘੱਟ ਪੈਸਿਆਂ 'ਚ ਵੀ ਤੁਸੀਂ ਲੈ ਸਕੋ। ਅਤੇ ਇਹਦੇ ਮੁਤਾਬਕ ਵੀ ਅਸੀਂ ਅੰਕਲ ਜੀ ਹੋਰਾਂ ਨੂੰ ਪੁੱਛਣਾ ਕਿ ਇਹਨਾਂ ਰੇਟ ਕੀ ਹੈ? ਇਹਦਾ 1.40 ਜੀ। 1,40,000 ਰੁਪਈਆ ਇਸ ਬੱਚੇ ਦਾ ਰੇਟ ਹੈ। ਔਰ ਅੰਕਲ ਜੀ ਇਹਦਾ ਵਜ਼ਨ? ਵਜ਼ਨ ਇਹਦਾ 7 ਮਨ। 7 ਮਨ ਵਜ਼ਨ ਠੀਕ ਹੋ ਗਿਆ, ਯਾਨੀ ਕਿ ਇਹ ਤੁਹਾਡਾ ਸਭ ਤੋਂ ਛੋਟਾ ਬੱਚਾ ਇਹ ਹੈ, ਸਹੀ ਹੋ ਗਿਆ। ਮਾਸ਼ਾਅੱਲਾ ਚੈੱਕ ਕਰੋ ਤੁਸੀਂ ਕਿ ਬਹੁਤ ਖੂਬਸੂਰਤ ਔਰ ਜਵਾਨ ਤੋਂ ਜਵਾਨ ਬੱਚੇ ਇੱਥੇ ਪਾਏ ਜਾ ਰਹੇ ਨੇ ਔਰ ਜਿਨ੍ਹਾਂ ਨੂੰ ਤੁਸੀਂ ਬਹੁਤ ਰਾਇਤ ਪੈਸੇ ਨਾਲ ਲੈ ਸਕਦੇ ਹੋ। ਨਾਜ਼ਰੀਨ, ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ ਔਰ ਸਾਥ ਬੈਲ ਆਈਕੋਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਐਨੀਮਲ ਪਲੈਨਟ PK ਚੈਨਲ ਦੀ ਸਭ ਵੀਡੀਓਜ਼ ਮਿਲ ਸਕੇ। ਮਿਲਦੇ ਹਾਂ ਨਵੇਂ ਐਪੀਸੋਡ ਨਾਲ, ਤਬ ਤੱਕ ਕੇ ਲੀਏ ਅੱਲਾਹ ਹਾਫਿਜ਼।